ਪਰਸੋਂ ਨਹੀਂ ਭੱਜ ਗਿਆ ਹਾਂ ਉਹਦੇ ਬੈਠਾ ਆ ਗਈ ਨਾ ਨਹੀਂ ਉਹਦੇ ਪੁੱਛੀ ਗਿਆ ਦੀ ਓਕੇ ਹੋ ਜੀ ਆ ਨੰਬਰ ਦੇ ਜਾ ਤੂੰ ਮਿਲ ਗਈ ਨਾ ਫਿਰ ਓ ਬੈਠਾ ਸਾਹਮਣੇ ਉਹ ਤੇ ਪੁੱਛ ਲਾਂਗਾ ਉਹ ਦੂਜਾ ਕਿੱਥੇ ਇੱਕੋ ਹੀ ਆ ਦੋ ਨੇ ਯਾਰ ਇੱਕ ਇੱਧਰ ਲੈ ਪਸਿਆ ਗਿਆ ਹੂੰ ਹਾਂ ਪਤਾ ਨੰਬਰ ਦੇ ਤੇ ਜਦੋਂ ਅਸੀਂ ਢੱਡ ਛਿੱਟਣ ਲੱਗਿਆ ਸੀ ਦੁਬਾਰੇ ਸਾਨੂੰ ਸੰਖਿਆ ਹੋਈ ਵੀ ਵੱਡਾ ਕੋਈ ਬਿੱਲਾ ਤੇ ਆਹ ਮੁੰਡਾ ਇੱਧਰ ਰੋਸ਼ਨਦਾਨ ਤੋਂ ਜੀ ਫੜ ਕੇ ਜਦੋਂ ਦੇਖਣ ਲੱਗਿਆ ਇਹਨੂੰ ਝਪਟ ਮਾਰ ਰਿਹਾ ਜਾਨਵਰ ਬਾਹ ਗਾ ਚੱਕਾ ਜੀ ਕਹਿੰਦੇ ਆ ਜੀ ਆਏ ਆਏ ਗਿਆ ਬਾਕੀ ਫਿਰਕਾ ਇਹਦੂ ਕਹਾਂ ਨਹੀਂ ਗਿਆ बरनाला जिला के पिंड ठीकरी वाला के खेतों के तेंदुआ दिखाई देने दे लोगों के दहशत का माहौल फैल गया। तेंदुए ने एक व्यक्ति के उत्ते हमला कर दिता ते उसनू गंभीर रूप में जख्मी कर दिता। जख्मी व्यक्ति को हस्पताल दे विच भर्ती करवाया गया है। ਓ ਬੈਠਾ ਸਾਹਮਣੇ ਉਹ ਤੇ ਪੁੱਛ ਲਾਂਗਾ ਉਹ ਦੂਜਾ ਕਿੱਥੇ ਇੱਕੋ ਹੀ ਆ ਦੋ ਨੇ ਯਾਰ ਇੱਕ ਇੱਧਰ ਲੈ ਪਸਿਆ ਗਿਆ ਉਹ ਇੱਧਰ ਆ ਗਿਆ ਹਾਂ ਪਤਾ ਨੰਬਰ ਦੇ ਠੀਕ ਹੈ ਜੀ 30 ਕੁਇੰਟਲ ਤੂੜੀ ਵਾਲੀ ਸਹੌਰ ਪਿੰਡ ਦੇ ਧਰਮ ਸਿੰਘ ਦੀ ਚੱਲਦੀ ਆ ਜੀ ਤੇ ਜਦੋਂ ਅਸੀਂ ਢੱਡ ਛਿੱਟਣ ਲੱਗੇ ਆਂ ਦੁਬਾਰੇ ਸਾਨੂੰ ਸੰਖਿਆ ਹੋਈ ਵੀ ਵੱਡਾ ਕੋਈ ਬਿੱਲਾ ਤੇ ਆਹ ਮੁੰਡਾ ਇੱਧਰ ਰੋਸ਼ਨਦਾਨ ਤੋਂ ਜੀ ਫੜ ਕੇ ਜਦੋਂ ਦੇਖਣ ਲੱਗਿਆ ਇਹਨੂੰ ਝਪਟ ਮਾਰ ਰਿਹਾ ਜਾਨਵਰ ਬਾਹ ਗਾ ਚੱਕਾ ਜਿਹਨੂੰ ਕਹਿੰਦੇ ਆ ਜੀ ਤੇ ਜਦੋਂ ਝਪਟ ਤੂੜੀ ਭਰਨਾ ਸੀ ਜੀ ਅਸੀਂ ਤੂੜੀ ਭਰਦੇ ਭਰਦੇ ਮੰਨ ਕੇ ਚਲੋ 50 ਕੁ ਕੁਇੰਟਲ ਤੂੜੀ ਵਿੱਚ ਪੱਤ ਸੀ ਜ਼ਿਆਦਾ ਸਾਨੂੰ ਦਿਖਿਆ ਠੀਕ ਹੈ ਜੀ ਉਹ ਸਾਰੇ ਬਿੱਲਾ ਕਹਿਣ ਲੱਗੇ ਮੈਂ ਬਿੱਲਾ ਨਹੀਂ ਦਿੱਤਾ ਉਹ ਨਾਮ ਨੇ ਅਸੀਂ ਦਿਖਾਉਣ ਲੱਗੇ ਠੀਕ ਹੈ ਜੀ ਫਿਰ ਮਾਲਕ ਨੂੰ ਛੱਡਿਆ ਮਾਲਕ ਨੂੰ ਵੀ ਕਹਿੰਦਾ ਚਿੱਟਾ ਕਹੋ ਕਹਿੰਦਾ ਬਿੱਲਾ ਕਹਿੰਦਾ ਅਸੀਂ ਬਿੱਲਾ ਨਹੀਂ ਚਿੱਟਾ ਚਲੋ ਜਦੋਂ ਦੇਖਿਓ ਖੜਾ ਹੋਇਆ ਮਾਲਕ ਕਹਿੰਦਾ ਜੀ ਹਾਂ ਚਿੱਟਾ ਹੀ ਆ ਜਦ ਉਹਨੇ ਛਾਲ ਮਾਰਤੀ ਮੈਂ ਬਾਹਰ ਖੜਾ ਸੀ ਬਸ ਮੈਂ ਉਤਾਰਿਆ ਜੀ ਹਾਂਜੀ ਇੱਕ ਤਾਂ ਜੀ ਲੱਤ 'ਤੇ ਆ ਅਤੇ ਇੱਧਰ ਤਾਂ ਮਾੜੇ ਮੋਟੇ ਪਹੁੰਚੇ ਜੀ ਆ ਅਤੇ ਇੱਥੇ ਜ਼ਖਮ ਜ਼ਿਆਦੇ ਆ ਨਾ ਨਾ ਜੀ ਮੂੰਹ 'ਤੇ ਤਾਂ ਥੋੜ੍ਹੀ ਨੇ ਆਹ ਜ਼ਿਆਦੇ ਆ ਗਏ ਅਤੇ ਇੱਕ ਲੱਤ 'ਤੇ ਜ਼ਿਆਦਾ ਜੀ ਆਹ ਜੀ ਦੰਦ ਮਾਰੇ ਗਏ ਨੇ ਹਾਂਜੀ ਚਿੱਟਾ ਸੀ ਤਿੱਤਲਾ ਸੀ ਹਾਂਜੀ ਕਲਰ ਖਾਕੀ ਜਿਹਾ ਕਲਰ ਸੀ ਤਾਂ ਉੱਤੇ ਲੈਣਾ ਜੀ ਅਸੀਂ ਹਾਂਜੀ ਛਾਲ ਮਾਰ ਕੇ ਦੋਵੇਂ ਲੱਤਾਂ ਇੱਧਰ ਦੋ ਇੱਧਰ ਕੱਢ ਲਏ ਲੱਤਾਂ ਦੋ ਇੱਧਰ ਕੱਢ ਲਏ ਵਿਚਾਲੇ ਲੈ ਕੇ ਇੱਥੇ ਦੰਦੀ ਵੜੀ ਆ ਜੀ ਸਾਡੇ ਦੂਜੇ ਲੇਬਰ ਵਾਲੇ ਪਾਸੇ ਭੱਜ ਗਏ ਮੁੰਡੇ ਨੇ ਚੀਕਾਂ ਚੂਕਾਂ ਜਿਹਾ ਮਾਰੀਆਂ ਅਤੇ ਫਿਰ ਉਹ ਛੱਡ ਕੇ ਭੱਜ ਗਏ ਜੀ ਖੇਤਾਂ ਵੱਲ ਨੂੰ ਬਜੀਟੀਆਂ ਵਾਲੀ ਸਾਈਡ ਨੂੰ ਭੱਜਿਆ ਇਹ ਜੀ 12 ਕੁ ਵਜੇ ਦੇ ਤਕਰੀਬਨ ਹੋਈ ਲੱਤ ਦੇਣ ਦੇ ਜੀ ਕੀ ਨਾਮ ਹੈ ਜੀ ਤੁਹਾਡਾ ਹਰਪ੍ਰੀਤ ਤੁਸੀਂ ਮਾਲਕ ਹੋ ਜੀ ਖੇਤ ਦੇ ਹਾਂ ਹਾਂ ਜੀ ਅੱਛਾ ਜੀ ਕੀ ਹੋਇਆ ਸੀਗਾ ਜੀ ਇੱਥੇ ਤੇ ਅੰਦਰੋਂ ਆਇਆ ਜੀ ਤੂੜੀ ਵਾਲਿਆਂ ਚਿੱਤਾ ਅੱਛਾ ਚਿੱਤਾ ਸੀਗਾ ਜੀ ਹਾਂ ਹਾਂ ਤੁਸੀਂ ਦੇਖਿਆ ਜੀ ਆਪ ਹਾਂ ਹਾਂ ਜੀ ਕਿੱਡਾ ਕੁ ਸੀਗਾ ਜੀ ਬਹੁਤ ਵੱਡਾ ਜੀ ਇਹਦਾ ਸਾਰਾ ਜੀ ਠੀਕ ਹੈ ਜੀ ਕੀ ਹੋਇਆ ਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਇੱਥੇ ਖੜੇ ਜੀ 15-20 ਜਣੇ ਇੱਕ ਬੰਦੇ ਨੂੰ ਤੂੜੀ ਵਾਲੇ ਨੂੰ ਚਿੰਬੜ ਗਿਆ ਠੀਕ ਇੱਥੇ ਕੀ ਕਰ ਰਹੇ ਸੀ ਤੁਸੀਂ ਵੀਰੀ ਅਸੀਂ ਆਹ ਆਪਣੀ ਉੱਧਰ ਟਾਲੀ ਖੜੀ ਆ ਇੱਥੋਂ ਅਸੀਂ ਕਬਰ 'ਚੋਂ ਤੂੜੀ ਪਾ ਰਹੇ ਹਾਂ ਠੀਕ ਹੈ ਜੀ 30 ਕੁਇੰਟਲ ਤੂੜੀ ਵਾਲੀ ਸਹੌਰ ਪਿੰਡ ਦੇ ਧਰਮ ਸਿੰਘ ਦੀ ਟਾਲੀ ਆ ਜੀ ਅਤੇ ਜਦੋਂ ਅਸੀਂ ਢੱਗ ਛਿੱਟਣ ਲੱਗੇ ਜੀ ਦੁਬਾਰੇ ਸਾਨੂੰ ਸੰਖਿਆ ਹੋਈ ਵੀ ਵੱਡਾ ਕੋਈ ਬਿੱਲਾ ਅਤੇ ਆਹ ਮੁੰਡਾ ਇੱਧਰ ਰੋਸ਼ਨਦਾਨ ਤੋਂ ਦੀ ਜੀ ਛੱਡ ਕੇ ਜਦੋਂ ਦੇਖਣ ਲੱਗਿਆ ਇਹਨੂੰ ਝਪਟ ਮਾਰਨਾ ਆ ਜਾਨਵਰ ਬਾਹ ਗਾ ਚਿੱਤਾ ਜਿਹਨੂੰ ਕਹਿੰਦੇ ਆ ਜੀ ਅਤੇ ਜਦੋਂ ਝਪਟ ਮਾਰਨਾ ਆ ਜੀ ਉਹਨਾਂ ਨੇ ਆਖਿਆ ਵੀ ਕਿਸੇ ਪਾਸੇ ਹੋਰ ਨਾ ਭੱਜੇ ਅਤੇ ਉਦੋਂ ਬਾਅਦ ਝੂਠ ਸਾਡੇ ਮੁੰਡੇ ਨੂੰ ਉਹਨੇ ਦੱਬ ਲਿਆ ਉਹਦੇ ਇੱਕ ਸਾਥੀ 'ਤੇ ਛੰਡ ਡੂੰਘਾ ਕਰ ਗਿਆ ਇੱਕ ਉਹਦੀ ਲੱਤ 'ਤੇ ਕਰ ਗਿਆ ਉਹ ਇਸ ਟਾਈਮ ਵੀਰ ਜੀ ਉਹਨੂੰ ਬੰਦੇ ਜਦੋਂ ਛੇਤੀ ਛੇਤੀ ਉਹਨੂੰ ਨੂਰ ਹਸਪਤਾਲ 'ਚ ਲੈ ਗਏ ਉੱਥੇ ਹੁਣ ਉਹਦੀ ਟ੍ਰੀਟਮੈਂਟ ਹੋ ਰਹੀ ਹੈ ਜੀ ਅਤੇ ਬਾਕੀ ਨਾਲ ਖੇਤ ਦੇ ਮਾਲਕ ਨੇ ਉਹਨਾਂ ਨੇ ਦੇਖਿਆ ਜੀ 10-15 ਕਰਮਾ ਗਿਆ ਉਦੋਂ ਮੁੜ ਕੇ ਸਾਨੂੰ ਦਿਸ਼ਾ ਨਹੀਂ ਜੀ ਅਤੇ ਸੱਕ ਦੇ ਵਿੱਚ ਅਸੀਂ ਆਖਿਆ ਵੀ ਬਿੱਲਾ ਨਾ ਹੋਵੇ ਵੀ ਆਪਾਂ ਆਹ ਦੇਖੋ ਇੰਨੀ ਪਾਵਰ ਇੱਕ ਵੀ ਬੁਲਾ ਲਈਏ ਵੀ ਕਿਤੇ ਅੱਡੀ ਵਾਲੀ ਗੱਲ ਨਾ ਹੋ ਰਹੀ ਸਾਡੇ ਨਾਲ ਵੀ ਕਿਤੇ ਵੀ ਲੋਕ ਗਾਲਾਂ ਨਾ ਕੱਢਣ ਸਾਨੂੰ ਉਹ ਮੁੰਡੇ ਦੇ ਚੰਡ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਜੀ ਇੱਕ ਨਹੀਂ ਵੀਰ ਜੀ ਅਸੀਂ ਇੱਕ ਦੇਖਿਆ ਹਾਂ ਜੀ ਆਹ ਮੁੰਡਾ ਜਦੋਂ ਇੱਥੋਂ ਪੌੜੀ ਤੋਂ ਦੀ ਚੜ੍ਹਨ ਲੱਗਿਆ ਜੀ ਵੀ ਦੇਖਦੇ ਹਾਂ ਵੀ ਬਿੱਲਾ ਹੀ ਆ ਕਿ ਜਾਂ ਕੁਛ ਹੋਰ ਆ ਇਹਨੂੰ ਝਪਟ ਮਾਰਨ ਆਇਆ ਜੀ ਮੁੰਡੇ ਨੇ ਇੱਥੇ ਛਾਲ ਮਾਰੀ ਉਹ ਧਰਮ ਸਿੰਘ ਦੇ ਮੁੰਡੇ ਨੇ ਜੀ ਬਸ ਇੰਨੀ ਗੱਲ ਹੋਈ ਆ ਜੀ ਆਹ ਹੁਣ ਮੁਲਾਜ਼ਮ ਆਏ ਹੋਏ ਨੇ
ਸਾਰਾ ਮਤਲਬ ਠੀਕਰੀ ਵਾਲਾ ਅੱਧਾ ਪਿੰਡ ਵਾਂਗੂ ਇਕੱਠਾ ਹੋਇਆ ਪਿਆ ਜੀ। ਦੇਖ ਰਹੇ ਨੇ ਜੀ, ਆਹ ਫਾਇਰ ਵੀ ਹੋਇਆ ਤੁਹਾਡੇ ਸਾਹਮਣੇ, ਦੇਖ ਰਹੇ ਨੇ ਵੀ ਹਜੇ ਤੱਕ ਉਹਦੀ ਸਾਨੂੰ ਕੋਈ ਉੱਕ ਸੁੱਕ ਮਿਲੀ ਜੀ। ਹਾਂਜੀ, ਕੱਲ੍ਹ ਇਹ ਇੱਕ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਆਈ ਸੀਗੀ ਕਿ ਅੱਜ ਤੁਹਾਡੇ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ ਉੱਥੇ ਇੱਕ ਚੀਤਾ ਆ ਗਿਆ। ਇਸ ਗੱਲ ਨਾਲ ਤਾਂ ਨਹੀਂ ਮਹਿਕਮਾ ਜ਼ਿਆਦਾ ਸਹਿਮਤ ਕਿ ਚੀਤਾ ਆ ਸਕਦਾ, ਪਰ ਇਹ ਕੈਟ ਫੈਮਿਲੀ ਦਾ ਜਿਹੜਾ ਸਾਡਾ, ਅਸੀਂ ਆਪਦੇ ਮੇਰੇ ਸਟਾਫ ਦੀ ਮੈਂ ਡਿਊਟੀ ਲਾਈ ਹੈ, ਮੇਰੇ ਬਲਾਕ ਆਫਿਸਰ ਉੱਥੇ ਮੌਕੇ 'ਤੇ ਗਏ ਹੈ, ਇਹਨਾਂ ਨੇ ਸਾਰਾ ਮਤਲਬ ਸਿਚੁਏਸ਼ਨ ਦੇਖੀ ਹੈ, ਫਿਰ ਦੋਨੇ ਪਿੰਡਾਂ ਦੇ ਸਰਪੰਚਾਂ ਨੂੰ ਮਿਲ ਕੇ ਆਏ ਹੈ, ਔਰ ਅਸੀਂ ਆਪਣਾ ਅਲਰਟ ਜਾਰੀ ਕੀਤਾ ਆਪਦੇ ਸੋਰਸ ਨਾਲ ਕਿ ਸਾਨੂੰ ਪਤਾ ਲੱਗੇ ਜੇ ਕੋਈ ਜਾਨਵਰ ਉਹਨੂੰ ਦੇਖਦਾ, ਉਹਦਾ ਹੁਲੀਆ ਦੇਖਦਾ। ਮਤਲਬ ਉਸ ਤੋਂ ਮੈਨੂੰ ਮਤਲਬ ਪਹਿਲੀ ਨਜ਼ਰ ਇਹੀ ਲੱਗਦਾ ਕਿ ਇਹ ਜਿਹੜਾ ਹੈ ਕੋਈ ਜੰਗਲ ਕੈਟ ਹੋ ਸਕਦਾ ਹੈ ਨਾ, ਮਤਲਬ ਜਿਹੜੀ ਨਾ ਡੋਮੈਸਟਿਕ ਕੈਟ ਤੋਂ ਥੋੜ੍ਹਾ ਜਿਹਾ ਕੋਈ ਬੜਾ ਜਾਨਵਰ ਹੋ ਸਕਦਾ। ਔਰ ਜਿਹੜੀ ਕੈਟ ਫੈਮਿਲੀ ਹੈ, ਜਦੋਂ ਵੀ ਕੋਈ ਵੀ ਜਾਨਵਰ ਹੈ ਜਦੋਂ ਉਹਨੂੰ ਕੋਈ ਮਤਲਬ ਆਪਣੇ ਆਪ ਨੂੰ ਉਹ ਅਨਸਿਕਿਓਰ ਫੀਲ ਕਰਦਾ ਤਾਂ ਉਹ ਅਟੈਕੀ ਮੂਡ 'ਚ ਹੁੰਦਾ। ਅਤੇ ਉਹ ਤੂੜੀ ਭਰਦੇ ਸੀ, ਉਹ ਤੂੜੀ 'ਤੇ ਅੱਜ ਕੱਲ੍ਹ ਸਰਦੀ ਦਾ ਮੌਸਮ ਹੈ, ਉਹ ਰੈਸਟ ਕਰ ਰਿਹਾ ਸੀ, ਉਹਨੇ ਜਦੋਂ ਭੱਜਿਆ ਔਰ ਜਾਂਦਾ ਮਤਲਬ ਜ਼ਰੂਰ ਉਹਦੇ ਮਾਰ ਗਿਆ ਹੈ ਨਾ ਜਿਹੜੀਆਂ ਨੌਂਦਰਾਂ ਵਗੈਰਾ। ਪਰ ਮੈਂ ਇਸ ਗੱਲ ਨੂੰ ਤਾਂ ਚੀਤੇ ਵਾਲੀ ਕੋਈ ਗੱਲ ਨਹੀਂ ਹੈ, ਬਾਕੀ ਅਸੀਂ ਲੱਗੇ ਹੋਏ ਹਾਂ, ਜਿੱਥੇ ਵੀ ਕੋਈ ਇਨਫੋਰਮੇਸ਼ਨ ਮਿਲੂਗੀ ਆਪਦੇ ਸੀਨੀਅਰਸ ਨੂੰ, ਅਸੀਂ ਉਹਨਾਂ ਦੇ ਪੱਗ ਮਾਰਕ ਦੇਖ ਕੇ ਜਿੱਥੋਂ ਵੀ ਸਾਨੂੰ ਪਤਾ ਲੱਗਦਾ, ਔਰ ਜੇ ਕੋਈ ਉਹੋ ਜਿਹੀ ਹੋਏਗੀ ਮਤਲਬ ਕੋਈ ਲੈਪਰਡ, ਕਈ ਵਾਰ ਪਿੱਛੇ ਜੇ ਪਤਾ ਲੱਗਿਆ ਸੀ ਕਿ ਲੈਪਰਡ ਵੀ ਆ ਗਿਆ ਸੀ 2-3 ਸਾਲ ਪਹਿਲਾਂ, ਜੇ ਕੋਈ ਉਹੋ ਜਿਹਾ ਕੋਈ ਜਾਨਵਰ ਆ ਸਕਦਾ ਤਾਂ ਸਾਡੇ ਕੋਲ, ਸਾਡੇ ਫੋਰੈਸਟ ਡਿਪਾਰਟਮੈਂਟ ਕੋਲ, ਫੋਰੈਸਟ ਐਂਡ ਵਾਈਲਡ ਲਾਈਫ ਕੋਲ ਬੜੇ ਅੱਛਾ ਅਰੇਂਜਮੈਂਟ ਹੈ, ਸਾਡੇ ਕੋਲ ਟ੍ਰੈਂਕੁਲਾਈਜ਼ਿੰਗ ਗਨਸ ਹੈ, ਸਾਡੇ ਕੋਲ ਪੂਰੀਆਂ ਟੀਮਸ ਹੈਗੀਆਂ, ਤਾਂ ਇਮੀਡੀਏਟ ਅਸੀਂ ਆਪਣੇ ਵਾਈਲਡ ਲਾਈਫ ਵਿੰਗ ਦੀ ਹੈਲਪ ਲੈਂਦੇ ਹੋਏ ਅਸੀਂ ਬਿਲਕੁਲ ਉਹਨੂੰ ਤੁਰੰਤ ਹੈ ਜਿਹੜਾ ਕਾਬੂ 'ਚ ਕਰ ਲਾਂਗੇ ਜੀ। ਔਰ ਫਿਲਹਾਲ ਮੈਨੂੰ ਇਹ ਕੋਈ ਕੀਤੇ ਵਾਲੀ ਗੱਲ ਐਡੀ ਨਹੀਂ ਲੱਗਦੀ, ਔਰ ਨਾ ਹੀ ਅਜੇ ਤੋਂ ਕੱਲ੍ਹ ਤੋਂ ਬਾਅਦ ਕੋਈ ਇਨਫੋਰਮੇਸ਼ਨ ਮਿਲੀ ਹੈ ਕਿਸੇ ਨੇ ਵੀ ਦੇਖਿਆ ਹੋਵੇ ਜਾਂ ਕੋਈ ਇਹੋ ਜਿਹੀ ਗੱਲ। ਹਾਂ, ਕੋਈ ਇਹੋ ਇਸ ਤਰ੍ਹਾਂ ਦੀ ਉਸ ਤੋਂ ਬਾਅਦ ਕੋਈ ਨਹੀਂ ਆਈ, ਕੋਈ ਕਿਸੇ ਪਾਸੇ ਕੋਈ ਇਨਫੋਰਮੇਸ਼ਨ ਨਹੀਂ, ਸਾਡੇ ਮਤਲਬ ਪੂਰੇ ਸਟਾਫ ਦੇ ਵਿੱਚ ਮਤਲਬ ਪੂਰੇ ਏਰੀਆ ਦੇ ਵਿੱਚ ਬੰਦੇ ਲਾਏ ਹੋਏ ਆ, ਪਰ ਕੋਈ ਇਨਫੋਰਮੇਸ਼ਨ ਨਹੀਂ ਉਹਨੂੰ ਕਿਸੇ ਨੇ ਦੇਖਿਆ ਹੋਵੇ ਜਾਂ ਕਿਤੇ ਹੋਰ ਅਟੈਕ ਕੀਤਾ ਹੋਵੇ। ਬਿਊਰੋ ਰਿਪੋਰਟ, ਸਫ਼ਰ ਟੀਵੀ। ਜਦੋਂ ਅਸੀਂ ਢਿੱਡ ਸਿੱਟਣ ਲੱਗਿਆ ਦੁਬਾਰੇ, ਸਾਨੂੰ ਸੰਖਿਆ ਹੋਈ ਵੀ ਵੱਡਾ ਕੋਈ ਬਿੱਲਾ, ਤੇ ਆਹ ਮੁੰਡਾ ਇਹ ਤਾਂ ਰੋਸ਼ਨ ਦਾਨ ਤੋਂ ਜੀ, ਫੜ ਕੇ ਜਦੋਂ ਦੇਖਣ ਲੱਗਿਆ ਇਹਨੂੰ ਝਪਟ ਮਾਰ ਰਿਹਾ ਜਾਨਵਰ, ਬਾਹਰ ਚਿੱਟਾ ਜੀ ਕਹਿੰਦੇ ਆ ਜੀ, ਇਹ ਗਿਆ ਬਾਕੀ ਖੇਤ, ਇਹਦੂ ਬਾਹਰ ਗਿਆ।